ਇਸ ਵੀਡੀਓ ਦੇ ਵਿੱਚ ਆਪਾਂ ਮਣੀਆਂ ਤੋਂ ਦੂਰ ਕਹਾਣੀ ਦਾ ਸਾਰ ਪੜਾਂਗੇ ਮਣੀਆਂ ਤੋਂ ਦੂਰ ਕਹਾਣੀ ਰਗੋਬੀ ਡੰਡ ਦੀ ਲਿਖੀ ਹੋਈ ਹੈ ਮਣੀਆਂ ਤੋਂ ਦੂਰ ਕਹਾਣੀ ਦਾ ਸਾਰ ਬਲਵੰਤ ਰਾਏ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਆਪਣੇ ਨਾਲ ਇੰਗਲੈਂਡ ਲੈ ਆਇਆ ਐਤਵਾਰ ਨੂੰ ਕਹਾਣੀਕਾਰ ਨੇ ਬਲਵੰਤ ਰਾਏ ਦੇ ਪਰਿਵਾਰ ਨੂੰ ਉਸ ਦੀ ਮਾਸਮੇਤ ਖਾਣੇ ਉੱਤੇ ਸੱਦਿਆ ਗੱਲਾਂ-ਗੱਲਾਂ ਵਿੱਚ ਬਲਵੰਤ ਰਾਏ ਦੀ ਮਾਂ ਕਹਾਣੀਕਾਰ ਦੀ ਪਤਨੀ ਦੀ ਮਾਦੇ ਸ਼ਹਿਰ 라ਵਲਪਿੰਡੀ ਦੀ ਹੋਣ ਕਰਕੇ ਉਸ ਦੀ ਮਾਸਤੀ ਬਣ ਗਈ ਕਹਾਣੀਕਾਰ ਤੇ ਉਸਦੀ ਪਤਨੀ ਮਾਸੀ ਦੇ ਮਿਲਪੜੇ ਸੁਭਾਵਲ 모ਹੇ ਗਏ ਅਗਲੇ ਐਤਵਾਰ ਜਦੋਂ ਕਹਾਣੀਕਾਰ ਤੇ ਉਸਦੀ ਪਤਨੀ ਨੇ ਮਾਸੀ ਨੂੰ ਗੁਰਦੁਆਰੇ ਲੈ ਜਾਣਾ ਚਾਇਆ ਤਾਂ ਉਸਦੇ ਪੁੱਤਰ ਨੂੰ ਅਤੇ ਪੁੱਤਰ-ਪੋਤਿਆਂ ਵਿੱਚੋਂ ਕੋਈ ਵੀ ਵੇਲ ਜਾਂ ਰੁਚੀ ਦੀ ਘੜ ਦੱਸ ਕੇ ਨਾਲ ਨਾ ਤੁਰਿਆ ਮਾਸੇ ਨੇ ਗੁਰਦੁਆਰੇ ਜਾ ਕੇ ਜਦੋਂ ਲੰਗਰ ਪਕਾਇਆ ਤੇ ਫਿਰ ਮੰਦਰ ਵਿੱਚ ਭਜਨ ਗਾਏ ਤਾਂ ਦੋਹਾਂ ਥਾਂਾਂ ਦੇ ਪ੍ਰਦਾਨ ਬਹੁਤ ਪ੍ਰਭਾਵਿਤ ਹੋਏ। ਮਾਸੇ ਨੂੰ ਇੰਗਲੈਂਡ ਉੱਥੋਂ ਦੇ ਲੋਕਾਂ ਸਾਫ਼ ਸੜਕਾਂ, ਖੁੱਲੇ ਮੌਸਮ, ਖੁੱਲੇ ਖਾਣ-ਪੀਣ ਤੇ ਹੋਰ ਨਾ ਸਹੂਲਤਾਂ ਕਰਕੇ ਸਵਰਗ ਜਿਹਾ ਬਦਦਾ ਸੀ। ਉਹ ਚਾਹੁੰਦੀ ਸੀ ਕਿ ਉਹ ਸਦਾ ਹੀ ਉੱਥੇ ਰਹੇ ਤੇ ਉਸ ਦਾ ਪਤੀ ਵੀ ਉੱਥੇ ਆ ਜਾਵੇ। ਇੱਕ ਦਿਨ ਕਹਾਣੀਕਾਰ ਨੂੰ ਮਾਸੇ ਦਾ ਟੈਲੀਫੋਨ ਆਇਆ ਕਿ ਉਹ ਉਦਾਸ ਹੈ। ਆਂਣਿਕਾ ਜਦੋਂ ਉਸਦੇ ਕੋਲ ਪੁੱਛਿਆ ਤਾਂ ਪੁੱਬਾ ਮਾਰ ਮਾਰ ਕੇ ਰੋਣ ਲੱਗ ਪਈ ਤੇ ਹੱਥ ਜੋੜ ਕੇ ਕਹਿਣ ਲੱਗੀ ਕਿ ਉਹ ਬਲਵੰਤ ਨੂੰ ਆਖ ਕੇ ਉਸਨੂੰ ਛੇਤੀ ਤੋਂ ਛੇਤੀ ਇੰਡੀਆ ਪੇ ਜਵਾਦ ਦੇਵੇ ਕਹਾਣੀਕਾਰ ਦੁਆਰਾ ਮਾਸੇ ਦੇ ਇੰਗਲੈਂਡ ਤੇ ਜੀਵਨ ਤੋਂ ਉਕਤਾਉਣ ਦਾ ਕਾਰਨ ਪੁੱਛਣ ਤੇ ਉਸਨੇ ਦੱਸਿਆ ਕਿ ਉਸਦੇ ਪੁੱਤਰ ਕੋਲ ਉਸਦੀ ਕੋਈ ਗੱਲ ਸੁਣਨ ਦਾ ਵਕਤ ਹੀ ਨਹੀਂ। ਨੋ ਦਾ ਸੁਭਾ ਗੋਰੀਆਂ ਤੋਂ ਵੀ ਭੈੜਾ ਹੈ। ਮੁੰਡਾ ਤੇ ਛੋਟੀ ਕੁੜੀ ਉਹਨਾਂ ਦੇ ਕਹਿਣੇ ਵਿੱਚ ਨਹੀਂ। ਵੱਡੀ ਕੁੜੀ ਚੰਗੀ ਆ ਪਰ ਉਸ ਨਾਲ ਬੋਲੀ ਦੀ ਸਾਝ ਨਹੀਂ। ਉਹ ਉਹਨਾਂ ਲਈ ਖਾਣਾ ਬਣਾ ਕੇ ਵਕਤ ਨਹੀਂ گزار ਸਕਦੀ ਕਿਉਂਕਿ ਸਾਰਿਆਂ ਦੇ ਖਾਣ-ਪੀਣ ਦੇ ਰਾਹ ਅਲੱਗ-ਅਲੱਗ ਹਨ। ਇਹ ਆ ਕਿਉ ਮੁਰਰਉਣ ਲੱਗ ਪਈ। ਕਹਾਣੀਕਾਰ ਨੇ ਉਸ ਨੂੰ ਤਸੱਲੀ ਦਿੰਦੇ ਆ ਕਿਹਾ ਕਿ ਹੁਣ ਉਸ ਨੂੰ ਇੰਡੀਆ ਜਾਣਾ ਹੀ ਚਾਹੀਦਾ ਹੈ ਨਹੀਂ ਤਾਂ ਮਣੀਆਂ ਵਰਗੀ ਕੱਲ ਉਸ ਨੂੰ ਨਿਗਲ ਜਾਵੇਗੀ ਮਾਸੀ ਨੇ ਕਿਹਾ ਕਿ ਇਹ ਤਾਂ ਮਣੀਆਂ ਤੋਂ ਵੀ ਕੋਈ ਦੂਰ ਦੀ ਚੀਜ਼ ਹੈ